ਹਾਂਜੀ ਤੁਹਾਡਾ ਨਾਮ ਰਵੀ ਬੰਸਲ ਜੀ ਇਹ ਅੱਜ ਜਿਹੜਾ ਲੰਗਰ ਆਇਆ ਕਿਸ ਉਪਲਖ ਦੇ ਵਿੱਚ ਲਾਇਆ ਗਿਆ ਇਹ ਲੰਗਰ ਹੀ ਲਾਡੀ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਨੂੰ ਵੇਖਦੇ ਅਸੀਂ 2 ਸਾਲ ਸਾਨੂੰ ਲਗਾਤਾਰ 2 ਸਾਲ ਹੋ ਗਏ ਲਾਂਦਿਆਂ ਨੂੰ ਵਿਕਤਾ ਸਾਨੂੰ ਸਾਡੇ 5-7 ਮਿੱਤਰ ਨੇ ਸਹਿਯੋਗੀ ਸੱਜਣ ਕੁਝ ਸ਼ਹਿਰ ਤੋਂ ਚੰਦਾ ਇਕੱਠਾ ਕਰਕੇ ਅਸੀਂ ਇਹ ਭੰਡਾਰਾ ਲਾ ਦਿੰਦੇ ਆ ਲਾਡੀ ਸਾਹਿਬ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਸਾਨੂੰ ਐ ਹੁੰਦਾ ਗਿਆ ਵੀ ਚਲੋ ਸ਼ਹਿਰ ਦੇ ਵਿੱਚ ਕੁਝ ਨਾ ਕੁਝ ਕੀਤਾ ਜਾਵੇ ਤੇ ਐ ਹੁੰਦਾ ਵੀ ਚਲੋ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਭੋਜਨ ਖਵਾਇਆ ਜਾਵੇ ਇਸ ਖੁਸ਼ੀ ਕਰਕੇ ਸਾਨੂੰ ਅਸੀਂ 26 ਤਰੀਕ ਨੂੰ ਭੰਡਾਰਾ ਲਾਉਂਦੇ ਹਾਂ ਲੇਕਿਨ ਇਸ ਵਾਰੀ 26 ਤਰੀਕ ਦਾ ਐਤਵਾਰ ਆਉਣ ਕਰਕੇ ਅਸੀਂ 25 ਤਰੀਕ ਨੂੰ ਭੰਡਾਰਾ ਲਗਾਇਆ ਜਾ ਰਿਹਾ ਹੈ ਇਸ ਭੰਡਾਰੇ ਵਿੱਚ ਛੋਲੇ ਪੂਰੀਆਂ ਖੀਰ ਪਕੌੜੇ ਅਤੇ ਚਾਹ ਦਾ ਲੰਗਰ ਅਟੁੱਟ ਵਰਤਾਇਆ ਜਾਂਦਾ ਹੈ ਸ਼ਹਿਰ ਦੇ ਸਹਿਯੋਗ ਅਤੇ 4-5 ਦੋਸਤਾਂ ਦੇ ਸਹਿਯੋਗ ਨਾਲ ਇਹ ਭੰਡਾਰਾ ਅਸੀਂ ਹਰ ਸਾਲ ਦੀ ਤਰ੍ਹਾਂ ਲਾਉਂਦੇ ਹਾਂ ਲਗਾਤਾਰ ਦੂਸਰਾ ਭੰਡਾਰਾ ਮੀਡੀਆ ਨੂੰ ਜਾਈ ਅਸੀਂ ਇੱਕ ਆਪਣੇ ਯਾਰ ਦੋਸਤ ਦੀ ਤਰ੍ਹਾਂ ਸਮਝਦੇ ਹਾਂ ਉਹਨਾਂ ਦਾ ਬਹੁਤ ਸਾਰਾ ਸਹਿਯੋਗ ਹੈ ਉਹਨਾਂ ਦੇ ਸਹਿਯੋਗ ਕਰਕੇ ਹੀ ਉਹਨਾਂ ਦਾ ਐਮਐਲਏ ਸਾਹਿਬ ਮੀਟ ਵਿੱਚ ਪਹੁੰਚਣੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਬਹੁਤ ਧੰਨਵਾਦ ਸ਼ੁਕਰੀਆ ਪਰਨਾਮ ਵਾਸੀਆਂ ਦੇ ਸਹਿਯੋਗ ਦੇ ਨਾਲ ਵਿਸ਼ਾਲ